ਜਾ ਕੱਚਾ ਦਿਲਾਂ ਦੇ ਭੜਿਆ ਪਾਟੇ ਪਿਆਰੀ ਤੋੜਨਾ ਚੜਿਆ ਹੈ ਮੈਂ ਮਰ ਗਈ ਹੀਰ ਵਿੱਚ ਠਰ ਗਈ ਕਾਲੀਆਂ ਕੱਢ ਕੇ ਲੈ ਗਏ ਹੋਵੇ ਵਿਆਕਰਵਾਤੇ ਹਣ ਲਿਆ ਮਿਲਣੋਂ ਵੀ ਰਹਿ ਗਏ ਹੋਵੇ ਵਿਆਕਰਵਾਤੇ दोस्तों समय समय के उत्ते पंजाबी कलाकारां बारे साडा पंजाबी विरसा चैनल वालों सानू जाणू करवाउंदे रहिंदे आ। अज असीं गल करिए इक ऐसे नौजवान नाल गलबात करांगे जो अमर सिंह चमकीला जी ते अमरजोत कौर जी दीआं आवाज़ां च गीत गांदा है। इह नौजवान कह सकदे आ आपां 20-25 सालां दा ही आ। शायद इन्ने उह समां नहीं देखिआ होएगा, उहनां नूं लाइव नहीं सुणिआ होएगा, पर इक अमर सिंह चमकीला जी दा आशक उहनां नूं रब्बी रूह समझण वाला इह नौजवान गलबात करदे आ ਅਸੀਂ ਇਸ ਚੈਨਲ ਦੇ ਜ਼ਰੀਏ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਬਾਈ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਨਾਮ ਜਾਣਨਾ ਚਾਹੂੰਗਾ, ਤੁਹਾਡਾ ਨਾਮ ਕੀ ਹੈ, ਸ਼ੁਭ ਨਾਮ? ਬਾਈ ਜੀ ਮੇਰਾ ਨਾਮ ਬਲਕਰਨ ਸਿੰਘ। ਕਿਹੜੇ ਪਿੰਡ ਤੋਂ ਤੁਸੀਂ? ਆਪਣਾ ਪਿੰਡ ਪੈਂਦਾ ਫੇਮਸ। ਕਿਹੜਾ ਪਿੰਡ? ਬਠਿੰਡੇ ਦੇ ਨਾਲ ਹੀ ਪੈਂਦਾ ਵੀਰੇ ਆਪਣਾ ਪਿੰਡ, ਮਹਿਮਾ ਸਰ ਜਾਵੇ। ਬਾਈ ਜੀ ਮੈਨੂੰ ਸੁਣਨ ਚ ਆਇਆ ਕਿ ਤੁਸੀਂ ਅਮਰਜੋਤ ਤੇ ਅਮਰ ਸਿੰਘ ਚਮਕੀਲਾ ਜੀ ਜੋ ਬੜੀ ਰੱਬੀ ਰੂਹ ਹੈ ਉਹਨਾਂ ਦੇ ਗੀਤ ਆਪਣੀ ਆਵਾਜ਼ ਚ ਗਾਉਂਦੇ ਹੋ। ਹਾਂ ਵੀਰੇ ਜ਼ਰੂਰ, ਤੁਸੀਂ ਸਹੀ ਸੁਣਿਆ। ਮੈਂ ਕਿਹਾ ਜੇ ਆਪਾਂ ਸਟਾਰਟਿੰਗ ਕਰੀਏ ਉਹਨਾਂ ਦੇ ਗੀਤ ਤੋਂ ਤੁਹਾਡੀ ਆਵਾਜ਼ ਚ ਸੁਣਨਾ ਚਾਹੀਏ। ਹਾਂ ਹਾਂ ਜ਼ਰੂਰ ਬਾਈ, ਮੈਂ ਜ਼ਰੂਰ ਸੁਣਾਊਂਗਾ। ਜੀ ਜੀ ਹਾਂਜੀ, ਪਹਿਲਾਂ ਮੈਂ ਕਹਿੰਦਾ ਉਸ ਵਾਹਿਗੁਰੂ ਦਾ ਨਾਮ ਦਰਬਾਰ ਮੈਂ ਕਾਂਗੀ ਧਰਦੀ ਹਾਂ ਜੀ। ਪਹਿਲੀ ਵਾਰ ਮੈਂ ਕਲੰਗੀ ਧਰਦੀ ਹਾਂ, ਪਹਿਲੀ ਵਾਰ ਮੈਂ ਕਲੰਗੀ ਧਰਦੀ ਹਾਂ, ਮੈਂ ਨਹੀਂ ਕਿਸੇ ਤੋਂ ਡਰਦੀ ਹਾਂ, ਪਿੰਡ ਸਤਿਗੁਰ ਜਦੋਂ ਚਲਾਉਂਦੇ ਮੈਂ ਲੋਕਾਂ ਢੇਰੀ ਕਰਦੀ ਹਾਂ, ਪਹਿਲੀ ਵਾਰ ਮੈਂ ਕਲੰਗੀ ਧਰਦੀ ਹਾਂ, ਹੋ ਹੋ ਮੈਂ ਤੀਰ ਸੱਚੀ ਸਰਕਾਰ ਦਾ ਹਾਂ, ਮੈਂ ਤੀਰ ਸੱਚੀ ਸਰਕਾਰ ਦਾ ਹਾਂ, ਮੈਂ ਨਹੀਂ ਕਿਸੇ ਤੋਂ ਹਾਰਦਾ ਹਾਂ, ਮੈਨੂੰ ਸਤਿਗੁਰ ਜਦੋਂ ਚਲਾਉਂਦੇ ਨੇ ਮੈਂ ਚੁਣ ਚੁਣ ਵੈਰੀ ਮਾਰਦਾ ਹਾਂ, ਮੈਂ ਤੀਰ ਸੱਚੀ ਸਰਕਾਰ ਦਾ ਹਾਂ। ਹੋ ਹੋ ਕਿਆ ਬਾਤ ਹੈ ਬਾਈ ਜੀ, ਤੁਸੀਂ ਤਾਂ ਅੱਜ ਉਸ ਰੱਬੀ ਰੂਹ ਦੀ ਯਾਦ ਕਰਵਾਤੀ, ਬੜਾ ਚੰਗਾ ਲੱਗਦਾ। ਕਿਵੇਂ ਤੁਹਾਨੂੰ ਅਮਰ ਸਿੰਘ ਚਮਕੀਲਾ ਜੀ ਨੂੰ ਤੁਸੀਂ ਕਦੇ ਲਾਈਵ ਸੁਣਿਆ? ਨਾ ਬਾਈ ਜੀ, ਲਾਈਵ ਤਾਂ ਮੈਂ ਨਹੀਂ ਸੁਣਿਆ, ਮੈਂ ਮਤਲਬ ਬਦਕਿਸਮਤੀ ਸੱਪ ਦਾ ਆਪਿਆ। ਪਰ ਬਾਈ ਜੀ ਇਹ ਕਿਵੇਂ ਤੁਸੀਂ ਉਹਨਾਂ ਦੀ ਉਹਨਾਂ ਨੂੰ ਜ਼ਿਆਦਾ ਸੁਣਦੇ ਹੋ ਜਿਹੜਾ ਤੁਸੀਂ ਉਹਨਾਂ ਦੀ ਆਵਾਜ਼ ਦੇ ਵਿੱਚ ਤੁਸੀਂ ਇੱਕ ਮੈਂ ਦੇਖਿਆ ਕਿ ਤੁਸੀਂ ਆਪ ਹੀ ਇਕੱਲੇ ਸੀਗੇ ਪਰ ਤੁਸੀਂ ਦੋਨਾਂ ਦੀ ਆਵਾਜ਼ ਦੇ ਵਿੱਚ ਗਾਇਆ। ਤੁਸੀਂ ਅੱਜ ਦੇ ਸਮੇਂ 'ਚ ਇੱਕ ਯੂਥ ਜਿੱਤੇ ਮੂਸੇ ਵਾਲਾ ਇਹ ਨਵੇਂ ਕਲਾਕਾਰਾਂ ਪਿੱਛੇ ਪਿਆ ਹੋਇਆ ਹੈ ਜੋ ਅਮਰ ਸਿੰਘ ਚਮਕੀਲਾ ਜੀ ਜੋ ਰੱਬੀ ਰੂਹ ਕਹਿ ਸਕਦੇ ਆ ਪੰਜਾਬੀ ਗਾਇਕੀ ਦੇ ਥੰਮ। ਹਾਂਜੀ ਹਾਂਜੀ, ਇਹਨਾਂ ਕਿਵੇਂ ਆਸ਼ਕ ਬਣੇ? ਆਸ਼ਕੀ ਮੈਂ ਤੁਹਾਨੂੰ ਦੱਸ ਦਿੰਦਾ, ਮੈਂ ਜਦੋਂ ਸਟਾਰਟਿੰਗ ਕਰੀ ਸੀਗੀ ਜੀ, ਮਤਲਬ ਜੀ ਮੈਂ 10 ਸਾਲਾਂ ਦਾ ਸੀਗਾ ਜੀ, ਤੇ ਉਦੋਂ ਮੇਰੇ ਮਨ ਚ ਗੀਤ ਆਇਆ ਸਹੁਰੇ ਦੀ ਲਾਲ ਮਰੂਤੀ ਨੇ ਚੱਕਾ ਜਾਮ ਕਰਾਤਾ। ਕਿਆ ਬਾਤ ਹੈ ਜੀ, ਤੇਰੇ ਉਦੋਂ ਮਤਲਬ ਮੇਰੇ ਮਤਲਬ ਪਰਿਵਾਰ ਸੀਗਾ ਜਿਹੜਾ ਮਤਲਬ ਘਰ ਤੇ ਜੀ, ਉਦੋਂ ਹਾਲਾਤ ਕੁਝ ਮਾੜੇ ਵੀ ਸੀ ਜੀ, ਆਪਣੇ ਕੋਲ ਉਦੋਂ ਮਤਲਬ ਟਰੈਕਟਰ ਵਗੈਰਾ ਜਾਂ ਕਾਰ ਜਾਂ ਗੱਡੀ ਹਨਾ ਉਦੋਂ ਕੁਝ ਵੀ ਨਹੀਂ ਸੀਗਾ ਜੀ। ਤੇ ਉਦੋਂ ਬਾਈ ਜੀ ਮੈਂ ਕਈ ਮੁੰਡਿਆਂ ਤੋਂ ਤੇ ਕਈ ਬਜ਼ੁਰਗਾਂ ਤੋਂ ਪੁੱਛਿਆ ਚਮਕੀਲਾ ਕੌਣ ਸੀ ਆਪਦੇ ਘਰ ਦੇ ਪਰਿਵਾਰ ਮੈਂਬਰਾਂ ਦੇ, ਤਾਂ ਉਹ ਮੈਨੂੰ ਗੱਲ ਮਤਲਬ ਹਾਸੇ ਚ ਪਾ ਕੇ ਟਾਲ ਦਿੰਦੇ ਸੀਗੇ, ਕਹਿੰਦੇ ਤੂੰ ਵੀ ਲੈਣਾ ਜੋ ਮਰਜ਼ੀ ਹੋਵੇ। ਤਾਂ ਬਾਈ ਜੀ ਹੌਲੀ ਹੌਲੀ ਮਤਲਬ 3-4 ਸਾਲਾਂ ਤੱਕ ਘਰ ਦੇ ਹਾਲਾਤ ਕੁਝ ਸਹੀ ਹੋ ਗਏ, ਤਾਂ ਉਦੋਂ ਟਰੈਕਟਰ ਲਿਆਂਦਾ ਮਤਲਬ। ਅੱਛਾ, ਟਰੈਕਟਰ ਤੇ ਹੌਲੀ ਹੌਲੀ ਜਦੋਂ ਮਤਲਬ ਡੈਕ ਲਵਾਇਆ ਤਾਂ ਡੈਕ ਤੇ ਨਾ ਗੀਤ ਚੱਲੀ ਆਉਂਦਾ ਸੀਗਾ ਸਹੁਰੇ ਦੀ ਲਾਲ ਮਰੂਤੀ ਨੇ ਚੱਕਾ ਜਾਮ ਕਰਾਤਾ। ਅੱਛਾ, ਉਧਰ ਤੇ ਮੇਰੇ ਖਿਆਲ ਆਇਆ ਮਨ ਚ, ਮੈਂ ਕਿਹਾ ਯਾਰ ਇਹ ਗੀਤ ਪਿੱਛੇ ਨਾ ਮੈਂ ਕਈ ਲੋਕਾਂ ਤੋਂ ਪੁੱਛਿਆ ਵੀ ਮਤਲਬ ਇਹ ਗੀਤ ਕਿਹਦਾ, ਮੈਂ ਕਿਹਾ ਦੱਸਿਆ ਨੀ ਯਾਰ ਅੱਜ ਇਹ ਗੀਤ, ਮੈਂ ਕਿਹਾ ਚੱਲੀ ਜਾਂਦਾ ਉਹ ਵੀ, ਮੈਂ ਕਿਹਾ ਅੱਜ ਪੁੱਛੀਏ ਬਜ਼ੁਰਗ ਤੋਂ ਕਿਹਦਾ ਗੀਤ ਆ। ਫਿਰ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਅਮਰ ਸਿੰਘ ਚਮਕੀਲਾ ਜੀ ਦਾ ਗੀਤ ਆ ਤੇ ਨਾਲ ਉਹਨਾਂ ਦੇ ਗਾ ਰਹੇ ਨੇ ਅਮਰਜੋਤ। ਤਾਂ ਫਿਰ ਉਦੋਂ ਬਾਈ ਜੀ ਮੈਂ ਗੀਤ ਗਾਇਆ ਦੋਨੋਂ ਆਵਾਜ਼ਾਂ ਚ, ਮੈਨੂੰ ਅੰਦਰ ਤੇ ਉੱਠੀ ਵੀ ਮੈਂ ਦੋਨੇ ਆਵਾਜ਼ਾਂ ਚ ਗਾ ਸਕਦਾ।
फिर मैं जो दोनों बार जाए भाई गाया स्कूलों च गाया है ना स्टेज पर गाया उन्हें धार्मिक गीत भी सीगा साथो बाबा खोल लिया तेरा ननकाणा जी। फिर जो दोनों गीत मैं सीखे जी मतलब गाए तो फिर लोगों ने पसंद कराया मैं मतलब पिंड के लोगों ने भी कहें यार तू दो आवाजा कर दा उदो तो भाई मैं शौक पिया है कमेंट मतलब मैं मतलब लोगों ने ऐ नहीं कहा भी मतलब माड़े कलाकार का गीत जी मतलब मैं ऐ कहा भी हाँ गीत अच्छे कलाकार का हाँ जी हाँ जी मतलब तुसी देख लो मैं थोड़े दो मिनट लेना किसी भी कलाकार का गीत आता मतलब ज मेरा गीत आता कलाकार बहुत वधगा मैं निंदा नहीं कर रहा वो कलाकार का गीत है ना जी वो महीना ज दो महीने चलता बिलकुल उस्ताद जी नू चमकीला उस्ताद जी नू माता अमरजोत कौर जी नू अज 32 साल हो गए ने क्या बात ता उन्होंने गीत अज भी हैक च बजदे ना अपने सिद्धे आके बिल्कुल हां जी ए तां होगी कोई राय नहीं के ओ रब्बी रूह सी ते मैं कहना आपा गल्ला बातों दा सिलसिला चलदा रहूगा दो लाइना होर हो जान हां फड़मुंदियां या चक छल्ले वेखी ना हुन साडे वल्ले हां फड़मुंदियां या चक छल्ले वेखी ना हुन साडे वल्ले मेरी जी तू मैनु मोड़ दे अपनी ले जा कर मित्रा वे हुन नई निबणी नई निबणी में हुन मोड़ मडाइया कर मित्रा नई निबणी में हुन मोड़ मडाइया कर मित्रा तर हुंदे खा पी के हुड़ तर हुंदे खा पी के हुड़ दस्ता जट दा जाड़िया की गुड़ ओ दस्ता जट दा जाड़िया की गुड़ ओ चढ़ लगी जदू लीत गड्डे मर जाली हुंडर चले मुख मोड़ गए ओ मुख मोड़ गई रन रगड़ा फेर के तर चले मुख मोड़ गई रन रगड़ा फेर के तर चले मेरे वीर खड़ खू पिंड विचों नी तिखे करन गड़ा सेवे मैन तेरी जान जा खतरा वा पिंड सारा ताई कपासे आज के अपनी नदम जली पाहन दे चूड़ा फड़ मित्रा हुन नहीं बड़ी नहीं बड़ी वे हुन मोड़ मड़ाइया कर मित्रा नहीं बड़ी वे हुन मोड़ मड़ाइया कर मित्रा ओ तेरे भी रात गड़ा से रेड़ी कर यट दे रबड़े दनाले ने ओ बेख लैड़ दो हाथ कर केड़ी फड़ मारनी बड़ी सुखाले ने ओ जदो पेड़ साना दे होल लगे तो घर तो अंदर भर चले मुख मोड़ गए ओ मुख मोड़ गई रन रगड़ा फेर के तर चले नतीजा कड्या होवे के पंजाबी गायकी जो एनी गिरदी जा रही है आज संदेश फिर मेरा मतलब मैं तुम दस दिन मैं अपने वालों मतलब यह संदेश देना चाहूंगा मतलब के कलाकार कोई भी मतलब अपनी अपनी चॉइस होंगी है ना जी कई कलाकार गाते कलाकार वो गाने लग गए जिन्हें कलाकार आप पहले फेल हो गए बिल्कुल जेडे भी वीर कलाकारी का शौक मेरे वर्ग वीर है जेडे मतलब उन्होंने जिन्ना भी शौक है कलाकारी का ता वह कलाकार गुरुआ का गुरु फड़े करना है ना जी मतलब कलाकार तो पहले ही महसूस हों कलाकार उसने गाने लग गए फिर आप तो महसूस होना ही होना होंगे ना चमकीले वर्ग के कलाकार गावे जो कि गुरुआ का गुरु है कलाकार पिछे आपका समा ना बर्बाद करो गुरुआ का गुरु फड़ो मेरा यह संदेश नशा तो बचे रहो बिलकुल आप दे चंगे काम करो है ना जी भाई जी बड़ा चंगा लगा तुहाडे नाल गलबात करके ਤੁਸੀਂ ਅਮਰ ਸਿੰਘ ਚਮਕੀਲਾ ਜੀ ਨੂੰ ਕਰਵਾਤੀ ਇੱਕ ਵਾਰ ਆਪਣੇ ਮੂੰਹੋਂ ਉਹਨਾਂ ਦੇ ਗਾਏ ਗੀਤਾਂ ਨੂੰ ਜਦੋਂ ਗਾਇਆ ਤੇ ਇਸੇ ਤਰ੍ਹਾਂ ਤੁਹਾਨੂੰ ਅਸੀਂ ਮਿਲਦੇ ਰਵਾਂਗੇ ਆਪਣੇ ਇਸ ਚੈਨਲ ਦੇ ਜ਼ਰੀਏ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਰਵਾਂਗੇ ਨਿਰੰਤਰ ਤੇ ਧੰਨਵਾਦ ਬਾਈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਗਰੀਬ ਦੀ ਹਨਾ ਇੰਟਰਵਿਊ ਕਰੀ ਗੱਲ ਸੁਣੀ ਮੇਰੀ ਜਾਂਦੇ ਜਾਂਦੇ ਇੱਕ ਵਾਰ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਮੈਂ ਕਹਿੰਦਾ ਗੀਤ ਸਾਡੇ ਦਰਸ਼ਕਾਂ ਨੂੰ ਜ਼ਰੂਰ ਸੁਣਾਇਆ ਜਾਵੇ ਹਾਂ ਜ਼ਰੂਰ ਮੈਂ ਸੁਣਾਉਂਦਾ ਏ ਓ ਜਬਰ ਜੁਲਮ ਦੇ ਜਾਲੇ ਮਾਰੇ ਹੱਥ ਮੁਕਾਏ ਓ ਜਬਰ ਜੁਲਮ ਦੇ ਜਾਲੇ ਮਾਰੇ ਹੱਥ ਮੁਕਾਏ ਓ ਹੋਏ ਪਿਆਸੇ ਖੂਨ ਤੇ ਪਏ ਪਾਏ ਪਾਏ ਓ ਕੀ ਤੀਰ ਤੇ ਫਰੰਗੀਆ ਕੀ ਵਰਤਿਆ ਪਾਣਾ ਓ ਸਾਥੋ ਪਾਪਾ ਖੋੜਿਆ ਤੇਰਾ ਨਣਕਾੜਾ ਸਾਥੋ ਬਾਬਾ ਖੋੜਿਆ ਤੇਰਾ ਨਨਕਾਣਾ ਬਹੁਤ ਵਧੀਆ ਲੱਗਾ ਇਸੇ ਤਰ੍ਹਾਂ ਦੋਸਤੋ ਅਸੀਂ ਸਾਡਾ ਪੰਜਾਬੀ ਵਿਰਸਾ ਚੈਨਲ ਤੁਸੀਂ ਦੇਖ ਰਹੇ ਹੋ
ਤੇ ਇਸੇ ਤਰ੍ਹਾਂ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ। ਸਾਡੇ ਨਾਲ ਸੀਗੇ ਬਠਿੰਡੇ ਤੋਂ ਤੇ ਨੌਜਵਾਨ ਨੇ ਦੱਸਿਆ ਕਿ ਅਮਰ ਸਿੰਘ ਚਮਕੀਲਾ ਜੀ ਅਸਲ ਗਾਇਕੀ ਦੇ ਥੰਮ ਸੀ ਤੇ ਐਸੇ ਕਲਾਕਾਰਾਂ ਨੂੰ ਸੁਣਨਾ ਵੀ ਚਾਹੀਦਾ ਆ ਤੇ ਇਸੇ ਤਰ੍ਹਾਂ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ। ਹੁਣ ਲਈ ਦਿਓ ਇਜਾਜ਼ਤ ਪੀ ਡੁਗਰੀ ਦੇ ਨਾਲ ਸਾਡਾ ਪੰਜਾਬੀ ਵਿਰਸਾ ਚੈਨਲ।